ਅੱਜਕੱਲ ਕਲਯੁਗ ਦਾ ਅਜਿਹਾ ਸਮਾਂ ਚੱਲ ਰਿਹਾ ਕਿ ਜ਼ਮੀਨਾਂ ਜਾਇਦਾਦਾਂ ਪਿੱਛੇ ਬੱਚੇ ਕਈ ਵਾਰ ਆਪਣੇ ਮਾਂ-ਬਾਪ ਨਾਲ ਵਧੀਕੀਆਂ ਕਰ ਜਾਂਦੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਨਜ਼ਦੀਕੀ ਪਿੰਡ ਰਾਮਪੁਰਾ ਦਾ, ਜਿੱਥੋਂ ਇੱਕ ਕਲਯੁਗੀ ਪੁੱਤ ਵੱਲੋਂ ਪਹਿਲਾਂ ਤਾਂ ਆਪਣੇ ਵੱਡੇ ਭਰਾ ਜਿਸ ਦੀ ਕਿ ਮੌਤ ਹੋ ਚੁੱਕੀ ਸੀ ਉਸ ਦੀ ਜਾਇਦਾਦ ਨੂੰ ਧੋਖੇ ਨਾਲ ਆਪਣੇ ਨਾਂ ਕਰਵਾ ਲਿਆ ਅਤੇ ਫਿਰ ਤਰਾਸਦੀ ਇਹ ਰਹੀ ਕਿ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਤਾ ਨੂੰ ਆਪਣੇ ਘਰ 'ਚ ਹੀ ਬੰਦੀ ਬਣਾ ਕੇ ਰੱਖ ਲਿਆ ਤਾਂ ਜੋ ਆਪਣੀ ਜਾਇਦਾਦ ਦੇ ਧੋਖੇ ਬਾਰੇ ਕਿਸੇ ਨੂੰ ਦੱਸ ਨਾ ਸਕੇ। ਭੇਦ ਖੋਲ੍ਹਣ 'ਤੇ ਕੀ ਕੁਝ ਹੋਇਆ ਇਸ ਮਾਮਲੇ 'ਚ ਦੇਖੋ ਇਹ ਪੂਰੀ ਖਬਰ। ਦੱਸ ਦਈਏ ਕਿ ਸਾਰੇ ਭੇਦ ਦੀ ਜਾਣਕਾਰੀ ਅੱਜ ਉਸਦੇ ਭਤੀਜੇ ਅਜੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ, ਜੋ ਕਿ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਭੂਆ ਰਾਜਵਿੰਦਰ ਕੌਰ ਦੇ ਕੋਲ ਰਹਿ ਰਿਹਾ ਸੀ। ਉਸਨੇ ਦੱਸਿਆ ਕਿ ਉਸਦੇ ਚਾਚੇ ਦੇ ਧੋਖੇ ਨਾਲ ਉਸਦੇ ਹਿੱਸੇ ਦੀ ਜਾਇਦਾਦ ਨੂੰ ਆਪਣੇ ਨਾਂ ਕਰਾ ਲਿਆ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਦੀ ਦੁਬਾਰਾ ਛਾਣਬੀਣ ਕੀਤੀ ਜਾਵੇ ਅਤੇ ਜੋ ਝੂਠੀ ਰਜਿਸਟਰੀ ਕਰਵਾਈ ਗਈ ਹੈ ਉਸ ਨੂੰ ਤੋੜਿਆ ਜਾਵੇ। ਘਰ ਦਾ ਮਸਲਾ ਵੀ ਆਪਣੇ ਛੋਟੇ ਹੁੰਦੇ ਆਪਣੇ ਮਾਤਾ ਪਿਤਾ ਜੀ ਆਪਣੀ ਹੋਸ਼ 'ਚ ਨਹੀਂ ਸੀ ਉਦੋਂ ਜਦੋਂ ਪੂਰੇ ਹੋ ਗਏ ਅਤੇ ਆਪਾਂ ਆਪਣੀ ਦਾਦੀ ਦਾਦਾ ਜੀ ਕੋਲ ਰਹੇ ਹਾਂ ਅਤੇ ਉੱਥੇ ਆਪਾਂ 4-5 ਜਮਾਤਾਂ ਤੱਕ ਉੱਥੇ ਪੜ੍ਹੇ ਹਾਂ ਅਤੇ ਫਿਰ ਮੇਰੀ ਦਾਦੀ ਨੇ ਮੇਰੀ ਜਿਹੜੀ ਭੂਆ ਜੀ ਆ ਛੋਟੇ ਉਹਨਾਂ ਕੋਲ ਭੇਜਤਾ ਕਿਉਂਕਿ ਵਿਤਕਰਾ ਹੁੰਦਾ ਸੀ ਇਸ ਕੰਮ ਕਰਕੇ ਕੁੱਟਮਾਰ ਹੁੰਦੀ ਸੀ ਆਪਣੀ ਅਤੇ ਜੋ ਭੂਆ ਜੀ ਕੋਲ ਆਪਾਂ ਚਲੋ 5-7 ਸਾਲ ਪੜ੍ਹੇ ਉੱਥੇ ਅਤੇ ਉਦੋਂ ਬਾਅਦ ਆਪਾਂ ਸੰਸਥਾ ਚੱਲ ਗਏ ਉੱਥੇ ਗਾਂ ਜਵੰਦੀ ਟਕਸਾਲ ਲੁਧਿਆਣੇ 'ਚ ਉੱਥੇ ਵਿੱਦਿਆ ਪੜ੍ਹੀ ਅਤੇ ਲੋਕਡਾਊਨ ਤੋਂ ਬਾਅਦ ਆਪਾਂ ਪਿੰਡ ਆਏ ਹਾਂ ਅਤੇ ਫਿਰ ਜਦੋਂ ਦਾਦੀ ਦਾ ਮਾੜਾ ਹਾਲ ਸੀ ਚਲੋ ਉਹਨਾਂ ਦਾ ਸੁੱਟ ਸੁੱਟ ਕੇ ਅਤੇ ਉਹਨਾਂ ਦਾ ਚੂਲਾ ਤੋੜਿਆ ਕਿਉਂਕਿ ਆਪਣਾ ਮਾਂ ਪਿਓ ਆਪਣਾ ਸਭ ਕੁਝ ਦਾਦੀ ਆ ਅਤੇ ਜਦੋਂ ਦਾਦਾ ਜੀ ਹੁਣ ਪੂਰੇ ਹੋਏ ਆ ਆਪਾਂ ਉਦੋਂ ਆਏ ਅਤੇ ਅਸੀਂ ਰਾਤੀ ਮੋਟਰ 'ਤੇ ਬੈਠੇ ਹਾਂ ਅਤੇ ਚਾਚਾ ਜੀ ਆਪਣੇ ਅਤੇ ਉਹਨਾਂ ਦਾ ਮੁੰਡਾ ਗਾੜੀ ਸਾਨੂੰ ਅਤੇ ਗਾਂ ਚਾਚੀ ਮਾਰਨਾ ਇਹ ਰਾਤੀ ਅਤੇ ਉੱਥੋਂ ਚਲੋ ਮਸਲਾ ਵਾਧਾ ਵਾਧਾ ਉਹਨਾਂ ਨੇ ਗਾਂ ਵਧਿਆ ਵਾ ਪੰਚਾਇਤ 'ਚ ਵੀ ਗੱਲ ਗਈ ਆ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਆ ਅਤੇ ਥਾਣੇ 'ਚ ਵੀ ਮਤਲਬ ਕਿ ਗਈ ਸਾਰੀ ਗੱਲਬਾਤ SDM 'ਤੇ ਵੀ ਪੇਸ਼ ਹੋਏ ਆ ਸਾਰੇ ਕਿਤੇ ਕੋਟਾਂ ਤਹਿਸੀਲਾਂ 'ਚ ਅਤੇ ਮਤਲਬ ਕਿ ਪੰਚਾਇਤ ਨੇ ਫੈਸਲਾ ਕੀਤਾ ਵੀ ਤੈਨੂੰ ਇਨਸਾਫ਼ ਮਿਲੂਗਾ ਪਰ ਹਜੇ ਤੱਕ ਮੈਨੂੰ ਇਨਸਾਫ਼ ਨਹੀਂ ਕੋਈ ਮਿਲਿਆ ਕਿ ਇਨਸਾਫ਼ ਚਾਹੀਦਾ ਤੁਹਾਨੂੰ ਕੀ ਇਨਸਾਫ਼ ਇਹ ਵੀ ਜਿਹੜੇ ਮੇਰੇ ਪਿਤਾ ਜੀ ਦੀ ਜ਼ਮੀਨ ਜਦੀ ਦਾ ਘਰ ਵਾ ਆਪਣਾ ਜਿਹੜੀ ਆਪਣੀ ਭੂਆ ਜੀ ਵੀ ਜਿਵੇਂ ਆਪਣੀ ਦਾਦੀ ਨੂੰ ਮਿਲਦੇ ਆ ਉਹ ਮਿਲਣ ਗਿਲਣ ਨਹੀਂ ਪੈਂਦਾ ਉਹਨਾਂ ਨੂੰ ਅੰਦਰ ਕੈਦ ਕਰਕੇ ਰੱਖਿਆ ਹੋਇਆ ਵਾ। ਉੱਥੇ ਪੀੜਤ ਮਾਤਾ ਨੇ ਵੀ ਕਿਹਾ ਕਿ ਮੈਨੂੰ ਮੇਰੇ ਪੁੱਤਰ ਵੱਲੋਂ ਕੈਦ ਕਰਕੇ ਰੱਖਿਆ ਗਿਆ ਸੀ। ਉਸਨੇ ਕਿਹਾ ਕਿ ਮੇਰੇ ਵੱਡੇ ਪੁੱਤਰ ਜੋ ਕਿ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ ਉਸਦੇ ਪੁੱਤਰ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਉਹਦੀ ਜਾਂਦਾ ਦਾ ਮਸਲਾ ਇਹ ਆ ਕਿ ਉਹ ਤੋਂ ਵੱਧ ਦੇ ਦੇਣ ਤੋਂ ਉਹਦਾ ਫੈਸਲਾ ਹੀ ਆ ਧੱਕਾ ਕਰਨ ਦੇ ਕੌਣ ਕਰਦੇ ਆ ਚਾਚਾ ਚਾਚਾ ਕੀ ਮੰਗ ਕਰਦੇ ਆ ਹੀ ਉਹਨੂੰ ਜ਼ਿਆਦਾ ਤਾਂ ਮਿਲਣੀ ਚਾਹੀਦੀ ਹੈ ਕੌਣ ਮੁੰਡੇ ਨੂੰ ਜ਼ਿਆਦਾ ਤਾਂ ਮਿਲਣੀ ਚਾਹੀਦੀ ਹਾਂਜੀ ਉਹਨੂੰ ਮਿਲਣੀ ਚਾਹੀਦੀ ਤੁਹਾਨੂੰ ਕੈਦ ਕੀਤਾ ਤੁਹਾਨੂੰ ਜਾਣਾ ਚਾਹੁੰਦੇ ਆ ਨਹੀਂ ਜਾਣ ਦਿੰਦੇ ਜੇ ਉਹਦਾ ਪਿਓ ਹੁੰਦਾ ਤੇ ਉਹਨੇ ਉਦੋਂ ਦੀ ਲੈ ਲੈਣੀ ਤੇ ਹੁਣ ਉਹਨੂੰ ਦੇ ਦਾ ਤੇ ਕੋਈ ਲੜਾਈ ਨਹੀਂ ਝਗੜਾ ਨਹੀਂ। ਉੱਥੇ ਹੀ ਪਿੰਡ ਦੀ ਸਰਪੰਚਣੀ ਦੇ ਪਤੀ ਅਵਤਾਰ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ, ਅਸੀਂ ਕਈ ਵਾਰ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਗੱਲ ਮੁੜ ਕੇੜ ਕੇ ਉੱਥੇ ਹੀ ਆ ਖੜੀ ਹੁੰਦੀ ਆ। ਫੈਸਲਾ ਇਹ ਹੋਇਆ ਸੀ ਵੀ ਇਹਦਾ ਜੋ ਹੱਕ ਬਣਦਾ ਵਾ ਇਹਦਾ ਚਾਚਾ ਆਉਂਦਾ ਸੀ ਮੈਂ ਇਹਨੂੰ ਦੇ ਦੂੰਗਾ, ਅਸੀਂ ਫੈਸਲਾ ਕਰਵਾ ਕੇ ਐਤਵਾਰ ਦਾ ਟਾਈਮ ਰੱਖਤਾ, ਐਤਵਾਰ ਬਾਬਾ ਜੀ ਨਹੀਂ ਟੱਕਰਿਆ ਫੌਜ ਸਾਹਿਬ ਡਿਊਟੀ 'ਤੇ ਚਲੇ ਗਏ ਨੇ, ਅਸੀਂ ਤਾਂ ਇਹੋ ਆਖਿਆ ਵੀ ਜੋ ਇਹਦਾ ਹੱਕ ਬਣਦਾ ਇਹਨੂੰ ਦਵਾਵੇ। ਕਿੰਨੇ ਦਿਨ ਹੋ ਗਏ? ਇਹ ਗੱਲ ਨੂੰ 1 ਮਹੀਨੇ ਤੋਂ ਵੱਧ ਹੀ ਹੋ ਚੱਲਿਆ ਤਕਰੀਬਨ। ਮਾਂ ਬਾਰੇ ਤਾਂ ਵੇਖੋ ਭਤੀਜਾ ਜਾਣੇ ਉਹਦੀ ਪੈਲੀ ਦਾ ਜੋ ਹੱਕ ਬਣਦਾ ਉਹਦੇ ਪਿਓ ਦਾ ਹੱਕ ਲੈਣਾ ਉਹਨੇ, ਕਿਸੇ ਦਾ ਨਹੀਂ ਹੱਕ ਲੈਣਾ ਉਹਨੇ, ਉਹਦੇ ਪਿਓ ਦਾ ਜੋ ਹੱਕ ਬਣਦਾ ਉਹਦਾ ਦਾਦਾ ਕੋਈ ਦੱਸਦੇ ਵੀ ਸਹੀ ਕਰ ਗਿਆ ਪਰ ਉਹਦੇ ਬੇਟੇ ਨੂੰ ਤਾਂ ਅੱਧੋ ਵੱਧ ਚਾਹੀਦਾ ਹੀ ਚਾਹੀਦਾ, ਉੱਤੇ ਸਜ਼ਾ ਤਾਂ ਚਾਹੀਦੀ ਸੀ, ਕਾਰਵਾਈ ਤਾਂ ਹੋਣੀ ਚਾਹੀਦੀ। ਦੂਜੇ ਪਾਸੇ ਥਾਣਾ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਦੋਸ਼ੀ ਉੱਤੇ ਕਾਰਵਾਈ ਕਰਦੇ ਹਾਂ, ਦੁਬਾਰਾ ਤਫਤੀਸ਼ ਸ਼ੁਰੂ ਕੀਤੀ ਹੈ ਅਤੇ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਜ਼ਿਲ੍ਹਾ ਮਹਿੰਦਰ ਸਿੰਘ 'ਤੇ ਨਾ ਪਰਚਾ ਦਰਜ ਹੋਇਆ ਜੀ 43/23 327/321/447/506 34 IPC ਦਾ, ਉਹ ਪਰਚਾ ਵੀ ਚੱਲ ਰਿਹਾ ਜੀ। ਹੁਣ ਅੱਜ ਜਿਹੜੀ ਦਰਖਾਸਤ ਮਿਲੀ ਹੈ ਰਾਜਵਿੰਦਰ ਜੀ ਕੌਰ ਵੱਲੋਂ ਕਿ ਉਹਨਾਂ ਦੀ ਮਾਤਾ ਨੂੰ ਬੰਦੀ ਬਣਾਇਆ ਗਿਆ, ਉਹਨਾਂ ਨੇ ਛਡਾਇਆ ਪੰਚਾਇਤ ਦੀ ਮਦਦ ਦੇ ਨਾਲ ਅਤੇ ਬਾਕੀ ਇੱਥੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਊਗੀ, ਉਹਨਾਂ ਦਰਖਾਸਤ ਮਿਲ ਗਈ ਆਪਾਂ ਇੱਥੇ ਕਾਰਵਾਈ ਕਰਾਂਗੇ। ਅਤੇ ਸਰ ਕਿੰਨੇ ਚਿਰ 'ਚ ਹੋ ਜਾਏਗੀ ਅਤੇ ਹੁਣ ਮਾਤਾ ਦਾ ਕਦੋਂ ਤੱਕ ਬਿਆਨ ਹੋ ਜਾਏਗਾ? ਜਲਦ ਤੋਂ ਜਲਦ, ਜਲਦੀ ਜਲਦ ਮਾਤਾ ਨੂੰ ਬਿਆਨ ਲੈ ਕੇ ਜਿਵੇਂ ਮਾਤਾ ਦਾ ਬਿਆਨ ਸਾਨੂੰ ਕਾਰਵਾਈ। ਬਾਕੀ ਅੱਜ ਦੇ ਕਲਯੁਗੀ ਸਮੇਂ 'ਚ ਅਜਿਹਾ ਕੁਝ ਦੇਖ ਕੇ ਜਾਂ ਸੁਣ ਕੇ ਲੋਕ ਅੰਡੇ ਖੜ੍ਹੇ ਹੋ ਜਾਂਦੇ ਆ ਕਿ ਕਿਵੇਂ ਜ਼ਮੀਨ ਜਾਇਦਾਦ ਜਾਂ ਪੈਸਿਆਂ ਪਿੱਛੇ ਖੂਨ ਦੇ ਰਿਸ਼ਤੇ ਹੀ ਇੱਕ ਦੂਜੇ ਦੇ ਟੁੱਟਦੇ ਜਾ ਰਹੇ ਆ ਅਤੇ ਇੱਕ ਦੂਜੇ ਦੇ ਖਿਲਾਫ ਹੁੰਦੇ ਨਜ਼ਰ ਆ ਰਹੇ ਨੇ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ।